الله الرحمن الرحيم فلا وربك لا يؤمنون حتى يحكموك فيما شجر بينهم ثم لا يجدوا في أنفسهم حرجا مما قضيت ويسلموا تسليما. قال الله تبارك وتعالى من يشفع شفاعة حسنة يكن له نصيب منها ومن يشفع شفاعة سيئة يكن له كفل منها وكان الله على كل شيء مقيتا. النبي هريرة رضي الله تعالى عنه عن النبي صلى الله عليه وسلم قال كانت بنو إسرائيل تسوسهم الأنبياء كلما هلك أي مات نبي خلفه نبي وإنه لا نبي بعدي إلى آخر الحديث رواه البخاري. أو كما قال نبی سیندی پیاری مقدس معطر منور اور مبارک ذات تے مل کے درود پاک پرسوں. اللهم صل علی سیدنا و مولانا محمد و بارک وسلم. الصلاة والسلام عليك يا رسول الله. الصلاة والسلام عليك يا حبيب الله وعلى آلك وأصحابك يا رحمة للعالمين. حمد و ثناء بعد نهایت واجب القدر والاحترام تشریف فرما مفتیان عظام علماء سیوکار سادات کرام قراء و حفاظ کرام دور دراستوں قرب اور جوارتوں تشریف فرما مؤسس مکرم بزرگو اور عزت مآب نوجوان بھائیو دعا ہے اللہ رب العزت اج دی عظیم و شان تاجدار ختم نبوت کانفرنس این دے اندر آپ تمامی احباب دا تشریف فرما تھیون بندہ حقر اور افکر دی حاضری بانیان دی اے محبت خلوص بھری محفل اور کانفرنس اللہ رب العزت اپنی رضا واسطے شرف قبولیت عطا فرماوے. اسا سارے کو اللہ رب العزت زندگی اسلام تے اور خاتمہ علی الایمان نصیب فرماوے. عزیزان گرامی اللہ رب العزت دلا ریب بے مثل بے مثال کتاب قرآن مجید برہان رشید دے پنجویں سپارے دے چھویں رکوع سورہ النساء رکوع نہواں اور نال ہی پنجواں سپارہ قرآن پاک دا اندے اٹھویں رکوع سورہ النساء دے گیارہویں رکوع تو آیت نمبر 85 کو تلاوت کرن دی سعادت نصیب تھئیے. نال ہی صحیح بخاری دی مستند اور معتبر روایت مشکات المصابی جلد ثانی صفحہ 320 تو سیدنا ابو ہریرہ رضی اللہ تعالی عنہ تو روایت کردہ حضور سرور کائنات مفخر موجودات زینت بسم کائنات احمد مجتبی حضور حضرت محمد مصطفی صلی اللہ علیہ وسلم دا فرمان زیشان بھی تلاوت کیتے. دعا ہے اللہ رب العزت قرآن و سنت دی روشنی وچ میں کو صحیح معنی سبق سناون دی والا سسارین کو اللہ رب العزت مرد ویلے تک قرآن و حدیث تے عمل دی توفیق عطا فرماوے. ساؤنڈ والے بھائی کو گزارش ہے کہ ایکو
ਖਤਮ ਕਰ ਲਿਓ ਔਰ ਥੋੜ੍ਹੀ ਬੇਸ ਹੋਣੀ ਚਾਹੀਦੀ ਹੈ। ਅਸੀਂ ਤਾਂ ਨੇ ਗਿਰਾਮੀ ਆਪ ਜਾਣਦੇ ਹੋ ਕਿ ਇਸ ਅਜ਼ੀਮ ਇਜਤਮਾ ਦੇ ਅੰਦਰ ਅਜ਼ੀਮ ਖਿਤਾਬ ਹੋ ਵੀ ਚੁੱਕੇ ਔਰ ਇਨਸ਼ਾਅੱਲਾ ਮਰਕਜ਼ੀ ਔਰ ਸਦਾਰਤੀ ਖਿਤਾਬ ਮੁਫਤੀ ਆਜ਼ਮ ਪਾਕਿਸਤਾਨ ਹਰ ਦਿਲ ਅਜ਼ੀਜ਼ ਸ਼ਖਸੀਅਤ ਹਜ਼ਰਤ ਅਲਾਮਾ ਮੌਲਾਨਾ ਮੁਫਤੀ ਮੁਨੀਬੁਰ ਰਹਿਮਾਨ ਸਾਹਿਬ ਜ਼ੀਦਾ ਸ਼ਰਫ ਹੋਦਾ ਹੋਵਣੇ ਔਰ ਮੈਂ ਹਕਰ ਤੋਂ ਬਾਅਦ ਵੀ ਸਾਡੇ ਜਨੂਬੀ ਪੰਜਾਬ ਦੇ ਫਖਰ ਔਰ ਅਮੀਰ ਸੈਦ ਸਰਵਰ ਸ਼ਾਹ ਸਾਹਿਬ ਜ਼ੀਦਾ ਸ਼ਰਫ ਹੋ ਔਰ ਮਜ਼ੀਦ ਉਲਮਾ ਕਿਰਾਮ ਨੇ ਆਪਣੇ ਖਿਤਾਬਾਤ ਨਾਲ ਆਪਕੋ ਮੁਸਤਫੀਜ਼ ਹੋਣ ਦਾ ਮੌਕਾ ਫਰਾਹਮ ਕਰਨੇ। ਅਸੀਂ ਤਾਂ ਨੇ ਗਿਰਾਮੀ ਮੈਂ ਫਕਤ ਦੋਸਤਾਂ ਦੇ ਹੁਕਮ ਦੀ ਤਾਮੀਲ ਔਰ ਤਕਮੀਲ ਵਾਸਤੇ ਹਾਜ਼ਰ ਹਾਂ। ਮੈਂ ਕੁਝ ਗਾਲੀਂ ਕੁਰਾਨ ਸੁਨਤ ਦੀ ਰੋਸ਼ਨੀ ਵਿੱਚ ਆਪ ਕੁ ਜਿਹੜੇ ਸੁਣਾਵਣਾ ਚਾਹੁੰਦਾ। ਜ਼ਿਆਦਾਤਰ ਮੇਰੀ ਜਿਹੜੀ ਗੁਫ਼ਤਗੂ ਹੋ ਸੀ ਉਹ ਸਿਆਸਤ ਔਰ ਹਕੂਮਤ ਦੇ ਮੁਤਾਲਿਕ ਹੋ ਸੀ। ਸਿਆਸਤ ਔਰ ਹਕੂਮਤ ਇਹ ਮੌਜੂਦ ਉੱਤੇ ਮੈਂ ਆਪ ਕੋ ਬਤੌਰ ਸਬਕ ਅੱਜ ਕੁਝ ਗੱਲ ਸੁਣਾਉਣਾ ਚਾਹੁੰਦਾ। ਆਗਾਜ਼ ਕਰਨਾ ਚਾਹੁੰਦਾ ਮੈਂ ਸੂਰੇ ਅਨਨਿਸਾ ਦੀ ਆਇਤ ਨੰਬਰ 65 ਦੇ ਤਰਜਮਾ ਤੋਂ। ਅੱਲਾ ਰੱਬੁਲ ਇੱਜ਼ਤ ਨੇ ਫਰਮਾਇਆ ਫਲਾ ਵਾ ਰੱਬਿਕਾ ਲਾ ਯੁਮਿਨੂਨਾ ਹੱਤਾ ਯੁਹੱਕਿਮੂਕ ਅਤੇ ਕਸਮ ਏ ਮਹਬੂਬਾ ਤੇਰੇ ਰੱਬ ਦੀ ਨਾ ਬਣ ਸਨ ਉਹ ਲੋਕ ਈਮਾਨ ਵਾਲੇ ਜੇ ਤੱਕ ਉਹ ਕਲਮਾ ਪੜ੍ਹਦੇ ਤੇਰੀ ਹਕੂਮਤ ਕੋ ਤਸਲੀਮ ਨਾ ਕਰੇ ਸਨ। ਖੁਦ ਖੁਦਾ ਥੀ ਕਿ ਕਸਮ ਪਿਆ ਚਾਹੁੰਦੇ ਆਪਣੇ ਰੱਬ ਹੋਵਣ ਦੀ, ਲੇਕਿਨ ਆਪਣੇ ਰੱਬ ਹੋਵਣ ਕੋ ਮੁਜ਼ਾਫ ਔਰ ਮਨਸੂਬ ਕੀਤੇ ਆਪਣੇ ਯਾਰ ਦੀ ਤਰਫ। ਔਰ ਯਾਦ ਰਹੇ ਚਲੋ ਮੈਂ ਜੀਆਂ ਬੰਦਾ ਤਾਂ ਕਸਮ ਚਾਵੇ ਜਿਹਦੀ ਨਾ ਕੋਈ ਜਾਣ ਨਾ ਪਹਿਚਾਣ ਨਾ ਸੁਜਾਣ, ਜਿਹਦੀ ਦਾਲ ਨਾ ਵਧੀ ਗਲਦੀ ਹੋਵੇ ਗਾਲ ਨਾ ਵਧੀ ਬਣਦੀ ਹੋਵੇ, ਚਲੋ ਮੈਂ ਜੀਆਂ ਬੰਦਾ ਤਾਂ ਕਸਮ ਚਾਵੇ ਰੱਬ ਥੀ ਕਿ ਉਹ ਜੋ ਕਸਮ ਚਾਵੇ ਜ਼ਰਾ ਸੋਚ ਤਾਂ ਸਹੀ ਉਹ ਕੋ ਗਰਜ਼ ਕਿਆ ਹੈ ਕਸਮ ਉਠਾਵਣ ਦੀ। ਤਕਰੀਬਨ ਤਕਬੀਰ ਅੱਲਾਹੁ ਅਕਬਰ ਮਾਸ਼ਾਅੱਲਾ ਫਾ ਰੱਬਿਕਾ ਲਾ ਯੁਮਿਨੂਨ ਅਤੇ ਕਸਮ ਏ ਮਹਬੂਬਾ ਤੇਰੇ ਰੱਬ ਦੀ ਨਾ ਬਣ ਸਨ ਉਹ ਲੋਕ ਈਮਾਨ ਵਾਲੇ ਹੱਤਾ ਯੋ ਹੱਕੇ ਮੂੰਹ ਕਾ ਜੇ ਤੱਕ ਉਹ ਕਲਮਾ ਪੜਦੇ ਤੈਂ ਮਹਬੂਬ ਦੀ ਹਕੂਮਤ ਕੋ ਨਾ ਮੰਨੇ ਸਨ। ਅੱਲਾ ਰੱਬੁਲ ਇੱਜ਼ਤ ਨੇ ਕਸਮ ਉਠਾ ਕੇ ਐਲਾਨ ਕੀਤੇ ਲਾ ਯੁਮਿਨੂਨ ਕਿ ਉਹ ਲੋਕ ਜਿਤਨਾ ਵੀ ਕਲਮਾ ਪੜ੍ਹਨ ਫਤਿਹ ਪੜ੍ਹਨ ਮੈਂ ਰੱਬ ਈਮਾਨ ਨਾ ਦੇ ਸਾਂ ਜਬ ਤੱਕ ਕਿ ਕਲਮਾ ਪੜ੍ਹਦੇ ਲੋਕਾਂ ਕੋ ਏ ਮਹਬੂਬ ਤੇਰੀ ਹਕੂਮਤ ਨਾ ਮੰਨਵੇ ਸਾਂ। ਯਾਦ ਰਹੇ ਹੱਤਾ ਯੁ ਹੱਕੇ ਮੂੰਹ ਕਾ ਹੈ ਹੱਤਾ ਯੁਕੀ ਮੁਸਲਾ ਨਹੀਂ ਹੱਤਾ ਯੋ ਤੂੰ ਅਜ਼ਕਾ ਵੀ ਨਹੀਂ ਹੱਤਾ ਯਸੂਮ ਰਮਦਾਨ ਵੀ ਨਹੀਂ ਹੱਤਾ ਯਹੁਜੋ ਅਲਬੈਤ ਵੀ ਨਹੀਂ ਯਾ ਹੱਤਾ ਯਤੂਫ ਹੌਲ ਅਲ ਕਾਬਾ ਵੀ ਨਹੀਂ ਯਾ ਹੱਤਾ ਆ ਯਕਰਾਉ ਅਲ ਕੁਰਾਨ ਵੀ ਨਹੀਂ ਹੱਤਾ ਯਹਫਜ਼ੂਹੁ ਵੀ ਨਹੀਂ। ਯਾਨੀ ਅੱਲਾਹ ਰੱਬੁਲ ਇੱਜ਼ਤ ਨੇ ਈਮਾਨ ਵਾਲੇ ਕੋ ਆਗਾਹ ਕੀਤੇ ਕਿ ਈਮਾਨ ਵਾਲੇ ਹੋ ਅਗਰ ਈਮਾਨ ਗਿਣਨਾ ਚਾਹੁੰਦੋ ਈਮਾਨ ਹਾਸਲ ਕਰਨਾ ਚਾਹੁੰਦੋ ਤਾਂ ਮੈਂ ਰੱਬ ਦੇ ਤਰਫੋਂ ਹਿੱਕਾ ਹੀ ਸ਼ਰਤ ਹੈ ਕਿ ਮੇਰੇ ਨਬੀ ਦੀ ਹਕੂਮਤ ਕੋ ਤਸਲੀਮ ਕਰੋ। ਨਮਾਜ਼ ਪੜ੍ਹਨਾ ਇਤਨੀ ਵੱਡਾ ਕਮਾਲ ਨਹੀਂ ਜ਼ਕਾਤ ਦੇਵਣ ਇਤਨੀ ਵੱਡਾ ਕਮਾਲ ਨਹੀਂ ਹੱਜ ਤੇ ਟੁਰ ਪਵਣਾ ਕਮਾਲ ਨਹੀਂ ਔਰ ਕੁਰਬਾਨੀ ਕਰਨਾ ਕਮਾਲ ਨਹੀਂ ਕੁਰਾਨ ਦਾ ਹਾਫਿਜ਼ ਬਣ ਵੰਜਣਾ ਕਮਾਲ ਨਹੀਂ ਔਰ ਕੁਰਾਨ ਦੀ ਤਜਵੀਦ ਔਰ ਕਿਰਾਤ ਦਾ ਇਲਮ ਹਾਸਲ ਕਰਨਾ ਕਮਾਲ ਨਹੀਂ। ਸਭ ਤੋਂ ਵੱਡਾ ਕਮਾਲ ਇਨਸਾਨ ਵਾਸਤੇ ਉਮਲੇ ਹੋ ਸੀ ਜੈ ਮਲੇ ਕਲਮਾ ਪੜਦਾ ਮਹਬੂਬ ਦੀ ਹਕੂਮਤ ਕੋ ਤਸਲੀਮ ਕਰੇ। ਅੱਲਾਹ ਰੱਬੁਲ ਇੱਜ਼ਤ ਨੇ ਕਸਮ ਜਾ ਕੇ ਕਿਆ ਮੁਤਾਲਬਾ ਕੀਤੇ ਔਰ ਕਿਆ ਐਲਾਨ ਸੁਣਾਏ ਕਿ ਜਿਤਨਾ ਵੀ ਕਲਮਾ ਪੜਦੇ ਲੋਕ ਹਨ ਈਮਾਨ ਹਾਸਲ ਕਰਨਾ ਚਾਹੁੰਦੇ ਨੇ ਤਾਂ ਹਜ਼ੂਰ ਦੀ ਹਕੂਮਤ ਕੋ ਤਸਲੀਮ ਕਰਨ। ਹੁਣ ਅਸਾਂ ਕੁਰਾਨ ਪਾਕ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਰੱਬ ਤੇਰੇ ਮਹਬੂਬ ਦੀ ਹਕੂਮਤ ਕਿਆ ਹੈ ਮਹਬੂਬ ਤੇਰੇ ਦੀ ਸਲਤਨਤ ਔਰ ਹੁਕਮਰਾਨੀ ਕਿਆ ਚੀਜ਼ ਹੈ ਅਸਾਂ ਮੰਨਣਾ ਚਾਹੁੰਦੇ ਹਾਂ ਹਾਜ਼ਰ ਹੈ। 85 ਕੁਰਾਨ ਪਾਕ ਦਾ ਔਰ ਉਹਦਾ 13ਵਾਂ ਰੁਕੂ ਸੂਰਤ ਉਨਿਸਾ ਰਕੂ ਉਹਦਾ 16ਵਾਂ ਆਇਤ ਨੰਬਰ 105 ਅੱਲਾ ਰੱਬੁਲ ਇੱਜ਼ਤ ਨੇ ਫਰਮਾਇਆ ਇੰਨਾ ਅਨਸਲਨਾ ਇਲੈਕਲ ਕਿਤਾਬ ਬਿਲ ਹੱਕ ਲਿਤਹਕੁਮ ਬੈਨ ਅਨਾਸ ਬਿਮਾ ਅਰਾਕ ਅੱਲਾ ਬੇਸ਼ੱਕ ਅਸਾਂ ਨਾਸਲ ਕੀਤੇ ਕਿਤਾਬ ਕੋ ਮਹਬੂਬਾ ਤੇਰੀ ਤਰਫ ਨਾਲ ਹੱਕ ਦੇ ਕਿਉਂ ਫਰਮਾਇਆ ਲਿਤਹਕੁਮ ਤਾਂ ਕਿ ਮਹਬੂਬ ਹਕੂਮਤ ਤੇਰੀ ਹੋਵੇ ਕਾਨੂੰਨ ਮੇਰੇ ਕੁਰਾਨ ਦਾ ਹੋਵੇ। ਗੱਲ ਸਮਝ ਆਉਂਦੀ ਪਈ ਹੈ ਇਹ ਹਜ਼ੂਰ ਦੀ ਹਕੂਮਤ ਔਰ ਇਹ ਹਕੂਮਤ ਹੈ ਕੁਰਾਨ
ਇਹ ਨਿਸ਼ਾਮ ਮੁਸਤਫਾ ਔਰ ਇਹ ਨਿਸ਼ਾਮ ਦੀਨ ਅੱਲਾਹ ਰੱਬੁਲ ਇੱਜ਼ਤ ਜਿਹੜੀ ਸ਼ਾਇਦ ਤਾਂ ਮੈਂ ਕੋਲੋਂ ਮਨਵਾਉਣਾ ਚਾਹੁੰਦੇ ਉਹ ਇਹ ਕਿ ਹਕੂਮਤ ਹੋਵੇ ਉਹਦਾ ਹਰ ਫੈਸਲਾ ਹਰ ਆਈਨ ਔਰ ਹਰ ਕਾਨੂੰਨ ਕੁਰਾਨ ਸੁਨਤ ਦੇ ਮੁਤਾਬਿਕ ਹੋਵੇ। ਇੱਕ ਵਾਰ ਨਿਸ਼ਾਮ ਮੁਸਤਫਾ ਤੇ ਰੱਬ ਕਸਮ ਚਾਹ ਕੇ ਫਰਮਾਉਂਦੇ ਮਹਬੂਬਾ ਕਸਮ ਹੈ ਤੇਰੇ ਰੱਬ ਦੀ ਜੇ ਤੱਕ ਕਲਮਾ ਪੜ੍ਹਦੇ ਤੇਰੀ ਹਕੂਮਤ ਕੋ ਨਾ ਮੰਨੇ ਸਨ ਮੈਂ ਖੁਦਾ ਕਸਮ ਚਾਹ ਕੇ ਦਾ ਇਮਾਨ ਕਹਿਣਾ ਦੇਸਾਂ। ਨਮਾਜ਼ ਪੜ੍ਹਨ ਵਦੇ ਪੜ੍ਹਨ ਰੱਖਣ ਰੋਸੇ ਪੈ ਰੱਖਣ ਨੇਵਨ ਸਕਾਤਾ ਭਾਵੇਂ ਦਰਿਆ ਵਹਾਵੇਂ ਸਖਾਵਤ ਦੇ ਇਮਾਨ ਦੇ ਹਸੂਲ ਵਾਸਤੇ ਸ਼ਰਤ ਹਿੱਕਾ ਹੈ ਕਿ ਤਾਂ ਯਾਰ ਦੀ ਹਕੂਮਤ ਕੋ ਮੰਨ ਵਜਨ। ਅਸੀਂ ਸਾਨੇ ਗਿਰਾਮੀ ਮੈਂ ਜਨਾਬ ਦੇ ਸਾਹਮਣੇ ਚੰਦ ਆਯਾਤ ਕੁਰਾਨ ਦੀਆਂ ਪੜ੍ਹਨਾ ਚਾਹਨਾ ਛੇਵਾਂ ਸਿਪਾਰਾ ਕੁਰਾਨ ਪਾਕ ਦਾ ਔਰ ਉਹਦਾ ਦਹਵਾਂ ਰੁਕੂ ਸੂਰਤ ਉਲ ਮਾਇਦਾ ਉਹਦਾ ਰੁਕੂ ਛੇਵਾਂ ਛੇਵੇਂ ਰੁਕੂ ਦੀ ਚੌਥੀ ਆਯਤ ਸੂਰਤ ਉਲ ਮਾਇਦਾ ਦੀ ਆਯਤ ਨੰਬਰ ਹੈ ਪਈ 38। ਅੱਲਾਹ ਰੱਬੁਲ ਇੱਜ਼ਤ ਨੇ ਫਰਮਾਇਆ ਵਸਾਰਿਕ ਵਸਾਰਿਕ ਫਕਤਾਉ ਅਯਦੀਹੁਮਾ ਜਜ਼ਾਅਨ ਬਿਮਾ ਕਸਬਾ ਨਕਾਲ ਮਿਨ ਅੱਲਾ। ਔਰ ਇਹ ਹੁਕਮ ਅਹਲ ਈਮਾਨ ਕੋ ਕਿ ਰੁਕੂ ਦਾ ਆਗਾਜ਼ ਯਾ ਅਯੁਹੱਲ ਲਜ਼ੀਨ ਆਮਨੂ ਇਤਕੁਲਲਾ ਵਬਤਗੂ ਇਲੈਹਿਲ ਵਸੀਲਾ ਔਰ ਵਉ ਆਤਿਫਾ ਹੁਕਮ ਉਹ ਇੱਥਾ ਚੱਲਦਾ ਆਂਦੇ ਔਰ ਇੱਥਾ ਜਿਨ੍ਹਾਂ ਕੋ ਹੁਕਮ ਮੁਖਾਤਬਿਨ ਅਲਜ਼ੀਨ ਆਮਨੂ ਹੈ। ਕੁਰਾਨ ਦੇ ਈਮਾਨ ਵਾਲਿਓ ਚੋਰ ਮਰਦ ਔਰ ਚੋਰ ਔਰਤ ਜੈ ਵੇਲੇ ਚੋਰੀ ਕਰਨ ਫਿੱਥ ਨਾ ਦਿਓ ਰਿਆਇਤ ਨਾ ਦਿਓ ਮੂੰਹ ਮੱਥਾ ਨਾ ਤੱਕੋ ਫੋਟਿੰਗ ਸਪੋਰਟਿੰਗ ਨਾ ਦੇਖੋ ਤਾਲੁਕਦਾਰੀ ਤੇ ਰਿਸ਼ਤੇਦਾਰੀ ਨਾ ਦੇਖੋ। ਖੁਦਾ ਦਾ ਹੁਕਮ ਹੈ ਕਿ ਚੋਰ ਮਰਦ ਔਰ ਚੋਰ ਔਰਤ ਜੈ ਵੇਲੇ ਚੋਰੀ ਕਰਨ ਫਕਤਾਉ ਕੱਟ ਦਿਓ ਤੁਸਾਂ ਅਯਦੀਆ ਹੁਮਾ ਹੁਨੇ ਦੇ ਹੱਥਾਂ। ਚੋਰ ਮਰਦ ਹੈ ਜਾਂ ਚੋਰ ਔਰਤ ਹੈ ਜੈ ਵੇਲੇ ਉਹ ਚੋਰੀ ਕਰਨ ਕਿਆ ਕਰੋ ਹੁਨੇ ਦੇ ਹੱਥਾਂ ਕੋ ਕੱਟ ਦਿਓ। ਇਹ ਕਾਇਮ ਫਰਮਾਏ ਅੱਲਾਹ ਨੇ ਫਰਮਾਨ ਹੱਕ ਹੈ ਕਾਨੂੰਨ ਹੱਕ ਹੈ ਰੱਬ ਦੀ ਗੱਲ ਸੱਚ ਹੈ ਇਮਾਨ ਵਾਲੇ ਵਾਸਤੇ ਹੁਕਮ ਬਰ ਹੱਕ ਹੈ ਦਸਾਂ ਅਮਲ ਥੈ ਅਮਲ ਥੈ ਆਇਆ ਦੇ ਉੱਤੇ। ਚਲੋ ਮਸੀਹ ਦਾ ਕੁਰਾਨ ਪਾਕ ਸਿਬਾਰਾ 18ਵਾਂ 18ਵੇਂ ਸਿਬਾਰਾ ਦਾ ਰਕੂ 7ਵਾਂ ਸੂਰਤ ਉਨੂਰ ਰਕੂ ਪਹਿਲਾ ਆਇਤ ਨੰਬਰ 2 ਅਸਾਨੀਅਤ ਵਸਾਨੀ ਫਜਲ ਤੂੰ ਕੁੱਲਾ ਵਾਹਿਦ ਮਿਨ ਹੁਮਾ ਮਿਆ ਤਾ ਜਲਦਾ ਫਲਾ ਤਾ ਖੁਸਕੁਮ ਬਿਹਮਾ ਰਾਫਾ ਫੀ ਦੀਨ ਅੱਲਾ ਇਨ ਕੁੰਤੁਮ ਤੁਮਿਨੂਨ ਬਿੱਲਾਹ ਵਲ ਯੋਮਿਲ ਆਖਿਰ ਫਲ ਯਸ਼ਹਦ ਅਜ਼ਾਬਹੁਮਾ ਤਾਇਫਤੁਮ ਮਿਨ ਅਲ ਮੁਮਿਨਿਨ। ਕੁਰਾਨ ਦੇ ਸਾਨੀ ਮਰਦ ਔਰ ਸਾਨੀਆ ਔਰਤ ਯਾਨੀ ਜੈ ਵਲੇ ਖੈਰ ਸ਼ਾਦੂ ਸ਼ੁਦਾ ਹੋਵਨ ਉਹਨਾਂ ਕੋਲ ਸਿਨਾ ਔਰ ਫੇਲ ਬਦ ਦਾ ਇਰਤਕਾਬ ਥੀ ਵੇ ਜੈ ਵਲੇ ਉਹਨਾਂ ਕੋ ਸਭ ਕੋੜੇ ਮਾਰੇ ਵਜਨ ਨਾਲ ਹਦੀਸ ਪਾਕ ਵੀ ਸੁਣ ਪਾਕ ਨਬੀ ਸਹੀ ਫਰਮੇ ਅਸ਼ੈਖ ਵਸ਼ੈਖਾ ਐਸਾ ਸਾਨਾ ਜਾ ਫਰਜ ਮੁਹਾ ਨਕਾਲ ਮਿਨ ਅੱਲਾ ਕਿ ਸ਼ਾਦੀ ਸ਼ੁਦਾ ਮਰਦ ਸ਼ਾਦੀ ਸ਼ੁਦਾ ਔਰਤ ਜਵਲ ਇੱਜ਼ਤ ਦਾ ਵਪਾਰ ਕਰਨ ਫੇਲ ਬਦ ਸਿਨਾ ਵਿੱਚ ਪਾਤੇ ਵਜਨ ਉਹਨਾਂ ਵਾਸਤੇ ਹਜ਼ੂਰ ਦਾ ਫਰਮਾਨ ਇਹ ਸ਼ਾਦੀ ਸ਼ੁਦਾ ਮਰਦ ਸ਼ਾਦੀ ਸ਼ੁਦਾ ਔਰਤ ਜਵਲੇ ਸਿਨਾ ਕਰਨ ਤਾਂ ਦੀਨ ਹੱਥੇ ਖੱਡਾ ਖੱਟ ਕੇ ਔਰਤ ਕੋ ਸੀਨੇ ਤੱਕ ਪੂਰ ਖੜਾਓ ਨਾਲ ਸਾਨੀ ਮਰਦ ਕੋ ਖੜਾਓ ਕਲਮਾ ਪੜ੍ਹਦੇ ਹੋ ਹਰ ਪਾਸੋਂ ਤੁਸਾਂ ਵਜੋ ਤੁਹਾਡੇ ਹੱਥ 'ਚ ਬਿੱਲਾਂ ਹੋਵਨ ਸਿੱਲਾਂ ਹੋਵਨ ਡੋਕਲੇ ਹੋਵਨ ਫਿੱਕੇ ਹੋਵਨ ਵੱਟੇ ਹੋਵਨ ਪੱਥਰ ਹੋਵਨ ਹੱਡੀਆਂ ਹੋਵਨ ਹਰ ਪਾਸੋਂ ਹੱਡੀਆਂ ਪੱਥਰਾਂ ਤੇ ਇੱਟਾਂ ਦੀ ਬਾਰਿਸ਼ ਕਰਕੇ ਜ਼ਾਨੀ ਔਰਤ ਕੋ ਵੀ ਖਤਮ ਕਰ ਦਿਓ ਜ਼ਾਨੀ ਮਰਦ ਕੋ ਵੀ ਖਤਮ ਕਰ ਦਿਓ। ਇਹ ਕਹਿੰਦਾ ਫਰਮਾਨ ਹੈ ਅੱਲਾਹ ਦਾ ਕਹਿੰਦਾ ਐਲਾਨ ਹੈ ਅੱਲਾਹ ਦਾ ਅਮਲ ਥੈ ਕੁਰਾਨ ਤੇ ਕਿਉਂ ਕੁਰਾਨ ਕਮਜ਼ੋਰ ਥੀ ਗਏ ਇਹਦੀ ਗੱਲ ਮੰਨਣ ਵਾਲੇ ਮਰ ਗਏ ਇਹ ਹਿੱਸਾ ਮਨਸੂਖ ਥੀ ਗਏ ਜਾਂ ਰੱਬ ਜਿਹੜੀ ਗੱਲ ਕੀਤੀ ਉਹ ਮਜ਼ਾਕ ਹੈ ਜਾਂ ਉਹਦੀ ਗੱਲ ਸੁਣਨ ਵਾਲੇ ਸਾਰੇ ਦੋਹਰੇ ਥੀ ਗਏ ਦੱਸੋ ਇਹ ਸਾਰੇ ਤਸ਼ਰੀਫ ਫਰਮਾ ਬਜ਼ੁਰਗੋ ਨੌਜਵਾਨੋ ਅਮਲ ਥੈ ਕੁਰਾਨ ਤੇ ਕਿਉਂ ਨਹੀਂ ਥਿਆ ਵਜ੍ਹਾ ਕਿਆ ਹੈ ਦਰਅਸਾ ਇਸਲਾਮੀ ਮੁਲਕ ਹੋਵੇ ਔਰ ਆਵਾਮ ਵੀ ਇਸਲਾਮੀ ਹੋਵੇ ਕਲਮਾ ਪੜ੍ਹਦੇ ਮੁਸਲਮਾਨ ਹੋਵੇ ਰੋਜ਼ਾਨਾ ਸਵੇਰੇ ਸ਼ਾਮ ਚੁੰਮਦੇ ਹੀ ਕੁਰਾਨ ਹੋਵੇ ਸੱਜੇ ਸੱਜੀ ਗੱਲ ਨਾਲ ਘੀ ਕਰਦੇ ਦੇ ਹਜ਼ਰਤ ਬਾਬੀ ਹੰਝੂ ਕਿਰੇ ਦੇ ਔਰ ਖੱਬੀ ਗੱਲ ਨਾਲ ਘੀ ਕਰਦੇ ਕਿ ਵੀ ਤਾਲੀ ਹੰਝੂ ਕਿਰੇ ਦੇ ਮੈਂ ਕਿ ਫਿਲਕਣ ਦੀ ਬਸ ਕਰ ਬੰਦੇ ਦਾ ਪੁੱਤਰ ਬਣ ਪਹਿਲੇ ਕੁਰਾਨ ਕੋ ਮੰਨਤਾ ਸਹੀ ਸੁਭਾਨ ਅੱਲਾ ਅਮਲ ਕੁਰਾਨ ਦੇ ਮੁਤਾਬਿਕ ਹੈ ਕੋਈ ਨਾ ਇਹਦਾ ਸਾ ਕੁਰਾਨ ਤੇ ਅਮਲ ਕਹਿ ਕਰਨੇ ਰੱਬ ਜਿਹੜਾ ਕੁਝ ਫਰਮਾਏ ਸੱਚੇ ਨਾ ਬੇਸ਼ੱਕ ਬਰਹੱਕ ਹੈ ਬੇਸ਼ੱਕ ਕਾਨੂੰਨ ਹੈ ਬੇਸ਼ੱਕ ਆਇਨ ਹੈ ਲਾ ਹੈ ਉਸੂਲ ਹੈ ਸਾਬਤਾ ਹੈ ਅਮਲ ਕਿਉਂ ਨਹੀਂ ਥਿਆ। ਬਹੁਤ ਬੜੀ ਅਸੀਮ ਕਦ ਆਵਰ ਸ਼ਖਸੀਅਤ ਮੌਜੂਦ ਔਰ ਮਸਰੂਫ ਤਰੀਨ ਸ਼ਖਸੀਅਤ ਮੌਜੂਦ ਹੈ ਮੈਂ ਆਪ ਦੇ ਵਕਤ ਕੋ ਦੇਦੇ ਹੋਏ ਜ਼ਿਆਦਾ ਆਯਾਤ ਮਸੀਦ ਕੋਟ ਨਹੀਂ ਕਰਨਾ ਚਾਹੁੰਦਾ ਲੇਕਿਨ ਪੁੱਛਣਾ ਚਾਹਨਾ ਜਿਵੇਂ ਰੱਬ ਨੇ ਕਾਨੂੰਨ ਉੱਤੇ ਕੁਰਾਨ 'ਚ ਜਿਵੇਂ ਰੱਬ ਫਰਮਾਏ ਉਹਦੇ ਪਾਕ ਰਸੂਲ ਫਰਮਾਏ ਸਾਡੀ ਹਕੂਮਤ 'ਚ ਅਮਲ ਥੇ ਕਿਉਂ ਨਹੀਂ ਥਿਆ ਤੂੰ ਨੇ ਚਾਹੁੰਦਾ ਜਾਂ ਕੋਈ ਬਾਈ ਨਹੀਂ ਚਾਹੁੰਦੇ।
फैसला कर, हाथ का इशारा दे, तू चाहते ही कुरान ते अमल थी वे, बेशक चाहते ही कुरान ते अमल थी वे, बेशक अमल क्यों नहीं थी अमेरी गाल सुन के, तू ना चाहता, मैं नहीं चाहता, पीर नहीं चाहते, सज्जत नहीं चाहते, आलिम नहीं चाहते, कारी नहीं चाहते, हाफिज नहीं चाहते, जट नहीं चाहते, मजदूर नहीं चाहते, पर्ची देवन वाले नहीं चाहते, आखा खटिया सीधी गाल दसा देखो, तू ना चाहता जनाब, तू आखसे यार मैं तो कुरान का कानून चाहता, तू ना चाहता, तू चाहती बिलने ते सिलने को, कारखाने ते मिलने को, मौके ते पुलने को, थम्बे ते खम्बे को, सोलके ते सड़के को, नाले को, कस्से को, सैबरत को, ए तेरा मतामी मुक्सी ते कुरान ही आफरी, बेशक बेशक हजरत साहब, तेरा मताम जरा धगेरी वधी जरा ताए पर्ची दीती है, जा मैं दीती है, ताए कुरान दी गल कीती है, मैं कुरान दी गल कीती है, आपने सारे मनसूबे पूरे करा सकते, आपने कच्चा सड़कियां पक्कियां बनवा सकते, और बिजली घिनवा सकते, खंबे ले लवा सकते, और मतलब है कि साइबर का मनसूबा पास करा सकते, कुरान दे कानून पास करावा तेरे पास सद का नहीं, मैं उम्मीदवार को कमजोर समझता, वोट देने वाले को ताकतवर समझता, और सारे हैं शोते, तू ही गोदा, बेशक पर्ची घिनन वाले हैं शोते, ओहन फकीर, तू है मोती, और तू है दाता, ओहन पिलने, तू है सखावत करने वाला, अगर शकीन ना भी असेंबली को टूटा दे, मुद्दत को मुक्का दे, इशारे को पिंदा देखी, जितना हो से दुलेसन, बेशक तू हो से हलू भाड़े उठाई आसन, तू हो से हलू भाड़े उठाई आसन, बेशक तू हो से आठ बज उठाई टकर सन, तू हो से बनने ते उठाई धरना दे सन, तू हो से त्रुटर तड़े ते उठाई धासन, तू हो से त्रुटर खटले ते उठाई मरसन, नसाए पिरने नी तबिया कौन है, वाह वाह सुभान, बेशक हिना पिरने को ठीक ने कर सकदा, पता है वाले चाहे वाले वोट घिनन वास्ते आंदन, हजरत हाथ बात के खड़े हुए सरदार आ वे मलिका वे महारा, भला आमर दी जरूरत है ये टबर सूते हासे ना पाए, सच बोड मार मैं के खुशाम दिया पंद्रह पुत्र मान के कुछ चंगी गाल कर आदे टबर सूते हासे ना पाए सी, भला तेरे आमर दी लोड़ आई मैं के गुलाबी तुरका ना कर, इन को पुछ करे से क्या तेरे असेंबली वास्ते क्या करे से, हुजूर दी नमूस वास्ते क्या करे से, खत्म नबूवत वास्ते क्या करे से, नमूसे सहाबा वास्ते क्या करे से, नमूसे आले बैत वास्ते क्या करे से, निशा में कुरान वास्ते क्या करे से, निशा में दीन वास्ते क्या करे से, कुरान दे कानून वास्ते क्या करे से, ओए वास्ता ही कुरान दा, आपनी गाल ना चलावी, कुरान दी गाल सुना, निशाम भी ओसी और इंशाल्लाह रहमत दी और रहमत खुदा भी ओसी, रसाए मुस्तफा भी ओसी, ये पर्ची देवन वाले निशाम नहीं चाहते, पर्ची घिनन वाले कमजोर हैं, ओ तो हैं भिखारी, जे तू पर्ची ना दे में ये पिंडे होए भी असेंबली यार कुर्सी नहीं बाय सकदे, बेशक बेशक जे तेरी पर्ची दी तड ना होवे ये पिंडे होए भी असेंबली अज वंज सकदे नहीं, जे तू पर्ची ना दे में ने को खाप च कुर्सी ना लभे, हां तो सियाने लोग ठीक है गाली काबिल तवज्जो, नारा बहुत असीम नारा, लेकिन मैं टाइम को मलहूसे खातिर रख के गाल करना चाहना, हां तो समझदार लोग सियाने ठीक है सी, मौलवी दा क्या कम सियासत नाल, हाफिज का क्या कम सियासत नाल, सैयद का क्या कम सियासत नाल, कारी का क्या कम सियासत नाल, मैं के लोग आम लोगों को नचरा सारे नाल आला, ये लोगों को ठग बाजा ठगू नाल सारे नाल आला, ऐसा सियासत नेकी है या गुनाह है, अगर सियासत है गुनाह पहले खुद निकल, अगर सियासत है गुनाह पहले खुद निकल, अगर सियासत नेकी ते को झुरा ते बे को रोक सकदे नेकी को, आहा अदे कहना सही सियासत चंगे वास्ते चंगी है और गंदे वास्ते, मैं के जहान दा चंगा तू है गंदे असा है, आहा सुभान, जहान दा चंगा तू है गंदा ऊ है जे तेरी मां तेरे पियो दा निकाह पढ़ाए, आहा जहान दा गंदा ओ है जे तेरे पियो दा जनासा पढ़ाए, जहान दा गंदा वो हाफिज है जे तेरी मां दी कब्र ते आसान दीती है, खैर की अच्छे तरह आल गई आधे सियासत चंगे वास्ते चंगी है गंदे वास्ते, मैं कह तेरा ताल्लुक अजमेर नाल है असल लाल बेगी है, तू बगदाद तू आई असा सारे पिनने हैं, और तक रुसाना नमासा नितेंगे गोड़े सटेंगे और मत्था कसेंगे तेरे मत्थे वे घप पाएंगे साकु नियत नहीं आदी, तेरे को रोसा रखेंगे तेरे हलक सोक गए साकु रमजान दा पता कहने तस्वीर छिकेने तेरे मर तेरे तेरा नूठा खड़ के साकु मरके दा पता कहने मरका त्रुटी गाली की ना करें दे आसे नहीं इन्हें दा क्या कम, मैं के तो असल परेशानी दस
ਤੇ ਕੋ ਪਰੇਸ਼ਾਨੀ ਹਾਫਿਜ਼ ਕੋਲ ਕਿਆ ਹੈ ਹਾਂ ਹੋਵੇ ਹਾਫਿਜ਼ ਹੋਵੇ ਕਾਰੀ ਹੋਵੇ ਬੰਦੇ ਦਾ ਪੁੱਤਰ ਵੀ ਕਹੂ ਨਾ ਹੋਵੇ ਬੇਸ਼ੱਕ ਹਰ ਹਾਫਿਜ਼ ਦੇ ਨਾਲ ਨਹੀਂ ਹਰ ਕਾਰੀ ਦੇ ਨਾਲ ਨਹੀਂ ਹੋਵੇ ਹਾਫਿਜ਼ ਹੋਵੇ ਕਾਰੀ ਸਿਕਾਉ ਨਾ ਹੋਵੇ ਡਾਕੂ ਨਾ ਹੋਵੇ ਚੋਰ ਨਾ ਹੋਵੇ ਲੁਟੇਰਾ ਨਾ ਹੋਵੇ ਅਯਾਸ਼ ਨਾ ਹੋਵੇ ਬਦਮਾਸ਼ ਨਾ ਹੋਵੇ ਔਰ ਇਸ ਤਰ੍ਹਾਂ ਦਾ ਵਪਾਰੀ ਨਾ ਹੋਵੇ ਸੂਦ ਦਾ ਕਾਰੋਬਾਰੀ ਨਾ ਹੋਵੇ ਗੈਰਾਂ ਦਾ ਆਲੇ ਕਾਰ ਨਾ ਹੋਵੇ ਹੋਵੇ ਹਾਫਿਜ਼ ਹੋਵੇ ਕਾਰੀ ਹੋਵੇ ਇਵੇਂ ਜਿਵੇਂ ਬਾਬਾ ਖਾਦਮ ਹੁਸੈਨ ਰਿਜ਼ਵੀ ਹਾ ललकार है ललकार है रिज़वी शेर की ललकार है। असीजा ने गिरामी गाल सुना है एक गाली है ओ कुछ लोग हैरान हो सन जो क्या थी ना पे इंजा गाली ये कोई अच्छी पहली दफा सुन दे मैं आते सी मौलवी दा क्या कम सियासत नाल मैं कि हजरत अबू बकर सिद्दीक पैंट शर्ट पहनदा दसा मौलवी दा क्या कम सियासत नाल सजदना फारूक आजम तासी मुनवे दा मां जने दा जवाब दे आते सी मौलवी दा क्या कम सियासत नाल उस्माने गनी टाई बथे दा क्या कम सियासत नाल मैं के मौला ए मुर्तदा शेर खुदा ओ सिरो नंगा सफर करे दा दसा ना ते को परेशानी क्या है मौलवी अगर सियासत करे ता एक असल परेशानी है अगर मौलवी आंदे सियासत कुरान ना लांदे आहा बेशक अगर मौलवी आंदे ता पहला सिपारा दूचा त्रीचा उनतरी त्री सारे सिपारे आंदे बेशक अगर मौलवी आंदे ते आयत भी ना ले قاتلوهم حتى لا تكون فتنه فيكون الدين كله لله اگر حافظ تکاریاں دے اے ایت بھی اسی یا ایو نبی جو جاہد الکفار والمنافقین واغلس علیہم وما وهم جہنم جتھو اے ترک دے واہ بے شک آ دسی مولوی دا کیا کم سیاست نال میں کہ حضرت صاحب تو لکھ دے کہ تینے میرے پاک نبی دے پاک دین وچ کیا سیاست دنیا دارے کولو ہے آغاز دے اندر یا دین دارے کولو ہے ਦਾ ਸਾਲ ਦੋ ਮਹੀਨੇ ਤਰਾਈ ਦਿਵਾਰਾ ਪਾਕ ਨਬੀ ਸਿੰਘ ਸਿਆਸਤ ਵੀ ਕੀਤੀ ਹੈ ਹਕੂਮਤ ਵੀ ਕੀਤੀ ਬੇਸ਼ੱਕ ਬੇਸ਼ੱਕ ਇਹ ਵੀ ਸਿਆਸਤ ਨਾ ਜਿਹੜੀ ਤੂੰ ਸਮਝੀ ਵਦਈ ਜ਼ਾਹਿਰ ਕੁਝ ਬਾਤਨ ਕੁਝ ਅੰਦਰੋਂ ਕੁਝ ਬਾਹਰੋਂ ਕੁਝ ਦਿਖਾਇਆ ਕੁਝ ਕੀਤਾ ਕੁਝ ਧਕਾ ਬਧਾ ਰੁਵਾ ਰੜਵਾ ਆਹੀ ਧਾਰੀ ਕਢਵਾ ਚੋਰ ਭਿਜਵਾ ਪੇਰੇ ਚਵਾ ਭੁੰਗੇ ਮੁਕਵਾ ਲਖ ਦੀ ਲਾਨਾ ਤੇ ਇਹ ਕੋ ਸਿਆਸਤ ਆ ਲੈ ਹੱਕ ਇਹ ਸਿਆਸਤ ਨਹੀਂ ਲੰਤਾਈ ਹੈ ਇਹ ਸਿਆਸਤ ਨਹੀਂ ਜਸੀਤੀ ਚਾਤੇ ਇਹ ਸਿਆਸਤ ਨਹੀਂ ਕਮੀਨ ਕੀ ਹੈ ਇੱਕ ਸਿਆਸਤ ਨਾ ਇੱਕ ਮਹੀਆ ਹਤਾ ਰੋਸ ਮਸਾਇ ਦਾ ਜਿਹੜਾ ਲੁੱਛੇ ਗਾਲ ਧਨਾ ਮੇ ਗਿੱਧੀ ਬੱਛੇ ਮਾਲ ਦੀ ਕੌਣ ਰਖਵਾਲੀ ਕਰੇ ਚੋਰ ਤੇ ਕੁੱਤਾ ਇੱਕੋ ਕੋ ਜੇ ਵਾਹ ਇਹ ਜਿਹੜੀ ਸਿਆਸਤ ਤੂੰ ਸਮਝੀ ਵਤਈ ਨਾ ਇਹਦਾ ਜ਼ਿਕਰ ਉਨਵੀਂ ਸਿਪਾਰੇ ਦੇ ਆਖਰੀ ਰਕੂ ਵਿੱਚ ਕਾਲੂ ਤਕਾਸਮੂ ਬਿੱਲਾ ਲਾਨੂ ਬਸ਼ਤਨਹੁ ਵਅਹਲਾ ਸੁਮਾ ਲਨਕੂਲਨ ਲਵਲਿਸ਼ਹੀ ਮਾ ਸ਼ਹਿਦਨਾ ਮਹਲਕ ਅਹਲਹੀ ਵਇਨਾ ਲਸਾਦਿਕੂਨ ਰਾਤ ਦੇ ਵੰਜ ਕੇ ਬੰਦੇ ਕਤਲ ਕਰਨੇ ਸਵੇਰੇ ਕਾਤਲ ਕੋ ਗੋਲਣਾ ਅੱਛਾ ਨੁਕਸਾਨ ਦਿਆ ਪਏ ਅਸਾਂ ਵਤ ਹਾਸੇ ਕਹਿਣਾ ਤਾਂ ਨੁਕਸਾਨ ਥਏ ਸੁਭਾਨ ਅੱਲਾਹ ਅਦਰਾ ਸਾਹਿਬ ਤੂੰ ਜਿਹੜੀ ਸਿਆਸਤ ਕਰਨਾ ਚਾਹੁੰਦੇ ਮੈਡੀ ਗੁਜ਼ਾਰਿਸ਼ ਹੈ ਤਾਰੀਫ਼ ਕਰ ਚਾ ਆਇਤ ਹੀ ਪੜ ਚਾ ਤੂੰ ਉਮੀਦਵਾਰ ਬਣ ਠੱਪਿਆ ਸਮਰੇ ਸੋ ਬੇਸ਼ੱਕ ਕਿਉਂਕਿ ਤੂੰ ਕਾਫਰ ਨਾ ਮੁਸਲਮਾਨ ਹੈ ਤੇ ਮੁਸਲਮਾਨ ਦਾ ਕੰਮ ਦੀਨ ਦੇ ਮੁਤਾਬਕ ਹੁੰਦੇ ਜਿਹੜੀ ਸਿਆਸਤ ਤੂੰ ਕਰਨਾ ਚਾਹੁੰਦੇ ਉਹਦੀ ਤਾਰੀਫ਼ ਹੀ ਕਰ ਨਾਲ ਸਬੂਤ ਆਇਤ ਪੇਸ਼ ਕਰ ਨਾ ਤਾਂ ਮੈਂ ਕਈ ਆਇਤਾਂ ਸੁਣੇ ਨਾ ਆ ਮੈਦਾਨ ਵਿੱਚ ਆਹਾ ਸੁਭਾਨ ਅੱਲਾਹ ਇਹ ਜਿਹੜਾ ਸਾਇ 30 ਸਿਬਾਰੇ ਕੁਰਾਨ ਪਾਕ ਦੇ ਇਹ ਫਕਤ ਚੁਮੀਜਣ ਵਾਸਤੇ ਆਏ ਚੁੰਮਣ ਵਾਸਤੇ ਦਾ ਇੱਕ ਵਰ ਕਈ ਕਾਫੀ ਆ ਇਹ 30 ਸਿਬਾਰੇ 114 ਸੂਰਤਾਂ 540-45 ਰਕੂ 6666 ਆਇਤ ਇਹ ਖੁਦਾ ਕਿਤ ਵਾਸਤੇ ਦਿੱਤੀ ਹੈ ਉਠਾ 14ਵਾਂ ਸਿਬਾਰਾ ਕੁਰਾਨ ਪਾਕ ਦਾ 14ਵੇਂ ਸਿਬਾਰੇ ਦਾ 18ਵਾਂ ਰਕੂ ਸੂਰਤੁਨ ਨਹਲ ਰਕੂ ਦਾ 12ਵਾਂ ਆਇਤ ਨੰਬਰ ਗਾਲਿਬਨ 99 ਹੈ
पुराना देवा नस्लना अलैकल किताबा बिल हक नस्लना अलैकल किताबा बिल हक के नस्लना अलैकल किताबा ते पिशानल ने कुल्ले शाय फाखुदाऊं वरहमतुम अबशराने मुसलमीन के असा महबूबा तेरी साथ ते उतारे किताब को ई किताब कुरान च हर शायद अभियान है ही कुरान च हर शायद ते जय वाले हर शायद अभियान है ये कुर्सी शाय का है नहीं ये सियासत शाय का है नहीं ये हुकूमत शाय का है नहीं जे शाय का है नहीं तो भजदा क्यों हुई जे शाय है तो सबूत ने परेशान थी कि सियाने लोग थी कि समझदार थी कि है सी हावजो कारियो तू संके रे आवे ओ मैं के चीद है सादी भक्का ना तू बते खसी तकवा सा दे बला रे जे तक शौक के सियासत करण दा वल तू सियासत कर लेकिन इना पर बिस्मिल्लाहिर रहीम पूरा पका समझे ही का है ना आदन सी मांजा होया सियासतदान मैं के कै मांजे को एक देर सुबी साकू वाला तक मांज ने मंजी देखी में ये मांजा होया पिया पढ़ते बिस्मिल्लाहिर रहीम ना साजन बिस्मिल्लाह दा हाल है पर कुरान दा हाल क्या हो सी पर सिपाने दा हाल क्या हो सी पर सूरत दा हाल क्या हो सी पर हदीस दा हाल क्या हो सी मसीह तू तीन अल मजाक करना चाहते वल बै पढ़े बै पढ़े ला इलाहा इल्ला ओ इल्ला दी चाढ़ी नहीं चढ़ सकया और बई गाल भी सुन बै पढ़े इन्ना आतैना कल कौसर फसल्ले ले रब्बे का मन हर सदा कल्लाहुल अजीम वो समझे खत्म थी गए और तो आगो पुराना याद उस जरा मर गए जैत्रात पर रिवर्स गेर ला के वला वला पढ़े कुल वला को देखते नहीं आए हजरत साहब जैंदी कुरान नाल बनी हुई कह नहीं दीन नाल इस्लाम नाल नमाज नाल रोसे नाल रमजान नाल हुजूर दी जात नाल कुरान नाल तेरा लीडर वो है अगर वो तेरा लीडर है को सांप के राखी को अंडे पाहन था लेकिन पंद्रहवें सिपारे थे अठवें नगुदी पहली आयत को सुन कुरान आते शाम ना तुरू कुल्ला उनासेम बे इमाम हिम आज जैदे लीडर हो मरते नारे बता मरे नहीं इको भुलामी ना जहाड़े क्या मत हिंद नाल हो से जहाड़े क्या मत अगर जय को तू लीडर समझी बते हिंद नाल खुदा वाला खड़ा वे पर मूड़ी खावर दा है लेकिन असा सारे ओलामा मैं सारे दिना का हो सद कहीं तबीयत ना कटे लेकिन मैं अपना आखा एक कलंदर मौजूद है अल्लाह कट्ठे कर इन दे कट्ठे उठावे चा इन दे नौकरी में शामिल चा करे और सारी ईद भी हो सी सादे वास्ते रब दे तरफ रहमत और हुजूर दी करम नवाजी दी खैरात भी हो सी असीदा ने गिरामी अगली गाल समाज फरमाओ उलमाए हक्का रबानीशीन मौजूद हैं इनादी मौजूद की वजह मैं किताबें देना खिलना चाहना नूर अल इदाह कुदूरी शरीफ कंसुद दकायक अलबहरुल रायक अन्नहरुल फायक तबशीनुल हकायक रद्दे मुहतार धुर्रे मुख्तार तनवीरुल अबसार बताए सनाए फतुल कदीर इधर इमाम दबाब खोला क्या लिखा गड़े सुभान अल्लाह अल हक्को बिल इमाम अस्सुल्तान सुभान अल्लाह ओ नायब हु हुजूर दा दीन आदे बादशाहियों जियां घेना जरा नमाज़ा भी खुद पढ़ावे जुम्मे भी पढ़ावे ईदा भी पढ़ावे मोए दे जनासे ही पढ़ावे सुभान अल्लाह बेशाय दीन मजाक पिया करें दे हादसी मौलवी तुसा के दे आवे मैं कि हजरत साहब याद रख हजरत अबू बकर सिद्दीक सियासत ते हुकूमत भी खुद करे दे हन पांच वक्त नमाज भी खुद पढ़े ने आना सैयदना फारूक के आसम जरा सुक्के दरिया वहेदा हा जुम्मे भी खुद पढ़े दा हा हजरत उस्मान गनी पैकरे शर्मो हया जिन्हें 12 साल हुकूमत की थी हुकूमत ते सियासत भी खुद करें दे हन ईदा भी खुद पढ़ने आना 4 साल 8 महीने नौड़ी भाना पाक अली जोल मुर्तदा शेरे खुदा सही सियासत हुकूमत भी खुद की थी ने आए रमजान ता तरावी भी खुद पढ़ाई ने होंडा सा ए सारे दिन को ना सबोल बनो तो ऐसे यार मेरे वास्ते तक आए नहीं मैं के सारा को तेरे वास्ते बिल्कुल बिल्कुल सारा कुछ परची रेमन वाले आ तेरे वास्ते जे
मेरे दिल की एक आवाज है, अगर तुस सारे एक हल्के दे बंदे एकाचा करो, हाँ भी ई इलेक्शन दे विच अस एम पी ए दी पर्ची हुकूड़े सू जेंदे चेहरे ते शामिल हो सी। सुभान अल्लाह, एका करो इतिहाद चा करो इंशाअल्लाह, हाँ भी ई इलेक्शन दे विच एम पी ए दी पर्ची हुकूड़े सू जेंदे चेहरे ते शामिल हो सी। उम्मीदवार जब तेरी गाल सुन सी ना, ये त्राए डिभाना लुक्या त्राए महीने चुप रहा सी, तीजे महीने तक टकर सी काका देखा साहे या मा डिवाइस आहा काई नहीं समझ मेरे ख्याल ये त्राए महीने बाद तक टकर सी त्री झपटन तो दाढ़ी आई वधी हो सी। अल्लाह भला पूछी आए सी काका बस है या मा डिवाइस, भला अगली शर्त ला दे अभी ई इलेक्शन दे विच एमएनए दा वोट उकड़े सू जरा साकू जुम्मा खुद पढ़ावे, ये तक बुध फोन करे सी है सी चाह तो पढ़ाई आवा। अल्लाह अल्लाह हजरत साहब तू मुतालबे राखे मुतालबे मने सी, लेकिन चूंकि तू बताई अपना मताम धकेरी हर बंदा अपना छत चाहिए बदे सही मेरा डिल्ला सिल्ला कारखाने मिलना। आखिरी गाल और इजाजत, खुदा करे तुरी औलाद का नुकसान न थी वे, मैं गाल करे ना महसूस न कराए वो गाल ये भाई कोई बंदा तू हाकू आखे एक पुत्र अपना खुद कोहचा मार घत इन बट्टे दे तेरी वस्ती को बिजली मुफ्त रहना गिन गिन से कोई बंदा आखे यार एक पुत्र अपना कोह घत इंदे बट्टे ते तक बिजली मुफ्त रहना तू हिंदे भी आखे सी एक भिरा मार घत अपने हाथ ना पूरा सड़क तक पक्या बनवा रहे सा ए गवारा है ते को हिबेल चिबेल अपने प्यारे ते जब ने पाकिस्तान बनया 20 लाख बंदा शहीद थिया उन्हें को क्या दसाया ने मार का सोलगा बने सा नसा जवाब देंदा यार 90,000 औरत इज्जत पर माल थई 2 करोड़ लोग हिजरत की दिए 20 लाख बंदा शहीद थे वल पाकिस्तान बने जेरे घर छोड़ के आन जिन्हें जो औलादा शहीद थे जिन्हें जो इस्ता सिख ते हिंदू चाह गए उन्हें को क्या दसाया ने जो मार का बिजली लवे सन इन्हें को मतलब है सहूलियात मिल सन मौके पुलिया थंबे खंबे मिल सन ही वजह को पाकिस्तान बनना पिया नहीं वल हूँ मिशन को गोलो क्या है। हजरत साहब तू एक पुत्र को हा के बिजली ने खिंदा तो जरा 20 लाख बंदा शहीद थे हुना दे खून दा जवाब क्या दे से जहर क्या मदे ओ पुछन हिसाब क्या दे से ता मस्त कलंदर भी रुबाई सुना के शायर आते दिल ते हाथ रख सच सच दस दिल ते हाथ रख सच सच दस हे मुसलमान दा मतलब क्या जे रास ईमान नहीं सीने जे इश्क नबी नहीं सीने विच वल रास ईमान दा मतलब क्या वल हिंदुस्तान ठीक हा से इतने नुकसान दा मतलब क्या जब पाक नबी दी इज्जत नहीं हूं पाकिस्तान दा मतलब ताजदार खत्म नबूवत जिंदाबाद ताजदार खत्म नबूवत सारे दरमियान आलम इस्लाम दी अजीम।